ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਮਨ ਦੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਚਿੰਤਾ ਆਏ, ਕੋਈ ਵੀ ਦੁੱਖ, ਰੋਗ ਜਾਂ ਪਰੇਸ਼ਾਨੀ ਆ, ਤਾਂ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ। ਮੈਂ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਕਿ ਅੱਜ ਦੀ ਵੀਡੀਓ ਸੁਣਨ ਤੋਂ ਬਾਅਦ ਮਨ ਦੀਆਂ ਸਾਰੀਆਂ ਚਿੰਤਾਵਾਂ ਜ਼ਰੂਰ ਮੁੱਕ ਜਾਣਗੀਆਂ, ਖਾਸ ਕਰਕੇ ਉਹਨਾਂ ਦੀਆਂ ਜੋ ਆਪਣੇ ਗੁਰੂ ਦੇ ਉੱਤੇ ਭਰੋਸਾ ਕਰਦੇ ਆ, ਜੋ ਆਪਣੇ ਗੁਰੂ ਦੇ ਲੜ ਲੱਗੇ ਆ। ਤਾਂ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਕਹਿੰਦੇ ਜਗਰਾਓਂ ਦੇ ਲਾਗੇ ਇੱਕ ਪਿੰਡ ਹੈ, ਉਸ ਪਿੰਡ ਦਾ ਨਾਮ ਹੈ ਮੱਲਾ। ਕਹਿੰਦੇ ਮੱਲਾ ਪਿੰਡ ਦੇ ਵਿੱਚ ਇੱਕ ਗੁਰੂ ਦਾ ਪਿਆਰਾ ਸਿੱਖ ਰਹਿੰਦਾ ਸੀ। ਉਸ ਪਿੰਡ ਦੇ ਵਿੱਚ ਸਿਰਫ ਉਹੀ ਇੱਕ ਸਿੱਖ ਸੀ। ਉਹਨੇ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਿੱਖੀ ਧਾਰਨ ਕੀਤੀ। ਕਹਿੰਦੇ ਗੁਰੂ ਦੇ ਉੱਤੇ ਬੜਾ ਭਰੋਸਾ ਕਰਨ ਵਾਲਾ ਸਿੱਖ, ਪਰ ਉਸ ਸਿੱਖ ਦੇ ਘਰ ਦੇ ਵਿੱਚ ਗਰੀਬੀ ਬਹੁਤ ਸੀ, ਭਾਵ ਕਿ ਪੈਸੇ ਪੱਖੋਂ ਹੱਥ ਬਹੁਤ ਜ਼ਿਆਦਾ ਤੰਗ। ਪੈਸੇ ਦੀ ਤੰਗੀ ਕਰਕੇ ਕਈ ਵਾਰ ਉਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਚਿੰਤਾ ਹਾਵੀ ਹੋ ਜਾਂਦੀ। ਕਹਿੰਦੇ ਇੱਕ ਦਿਨ ਇਸੇ ਤਰ੍ਹਾਂ ਬੈਠਾ ਬੈਠਾ ਮਨ ਦੇ ਵਿੱਚ ਸੋਚਣ ਲੱਗਾ ਕਿ ਮਨਾ, ਤੂੰ ਕਾਹਦਾ ਗੁਰੂ ਦਾ ਸਿੱਖ ਆ? ਤੇਰੇ ਘਰ ਦੇ ਵਿੱਚ ਕੋਈ ਦੋ ਬੰਦੇ ਆ ਜਾਣ, ਤੂੰ ਉਹਨੂੰ ਪ੍ਰਸ਼ਾਦਾ ਨਹੀਂ ਛਕਾ ਸਕਦਾ, ਫਿਰ ਤੂੰ ਕਾਹਦਾ ਗੁਰੂ ਦਾ ਸਿੱਖ ਹੋਇਆ? ਕਿਉਂਕਿ ਗੁਰੂ ਦਾ ਸਿੱਖ ਤਾਂ ਉਹ ਆ ਨਾ ਜਿਹਦੇ ਘਰ ਤੋਂ ਕੋਈ ਵੀ ਭੁੱਖਾ ਨਾ ਮੁੜੇ, ਕੋਈ ਵੀ ਨਿਰਾਸਰਾ ਨਾ ਮੁੜੇ, ਪਰ ਤੇਰਾ ਤਾਂ ਆਪਣਾ ਗੁਜ਼ਾਰਾ ਮਸਾਂ ਹੁੰਦਾ। ਤੈਨੂੰ ਤੇਰੇ ਘਰ ਵਿੱਚ ਤਾਂ ਦੋ ਵਕਤ ਦੀ ਰੋਟੀ ਮਸਾਂ ਪੱਕਦੀ ਆ, ਤੂੰ ਕਿਸੇ ਦੀ ਕੀ ਮਦਦ ਕਰੇਗਾ? ਕਹਿੰਦੇ ਨਾਲ ਹੀ ਉਹਦੇ ਮਨ ਦੇ ਵਿੱਚ ਇਹ ਵਿਚਾਰ ਆਉਣੀ ਸ਼ੁਰੂ ਹੋ ਗਈ ਕਿ ਮਨਾ, ਮੈਂ ਤਾਂ ਦੋ ਬੰਦਿਆਂ ਨੂੰ ਭੋਜਨ ਪ੍ਰਸ਼ਾਦਾ ਨਹੀਂ ਛਕਾ ਸਕਦਾ, ਫਿਰ ਮੈਂ ਆਪਣੇ ਧੀਆਂ ਪੁੱਤਰਾਂ ਦੇ ਕਾਰਜ ਕਿੰਝ ਪੂਰੇ ਕਰਾਂਗਾ? ਕਿਉਂਕਿ ਧੀਆਂ ਪੁੱਤਰ ਜਵਾਨ ਹੋ ਗਏ ਸਨ। ਕਹਿੰਦੇ ਉਹਨੂੰ ਚਿੰਤਾ ਵੱਡ ਵੱਡ ਖਾਣ ਲੱਗੀ ਕਿ ਮੈਂ ਕੱਲ ਨੂੰ ਆਪਣੇ ਧੀਆਂ ਪੁੱਤਰ ਵਿਆਹੁਣੇ ਆ, ਵਿਆਹ ਕਿੰਝ ਕਰਾਂਗਾ? ਵਿਆਹੁਣ ਤੋਂ ਪਹਿਲਾਂ ਇਹ ਫਿਕਰ ਕਿ ਮੇਰੇ ਗਰੀਬ ਦੇ ਨਾਲ ਰਿਸ਼ਤਾ ਜੋੜੇਗਾ ਕੌਣ? ਕਿਉਂਕਿ ਗਰੀਬ ਦੇ ਨਾਲ ਨਾ ਹੀ ਕੋਈ ਰਿਸ਼ਤਾ ਜੋੜ ਕੇ ਖੁਸ਼ ਆ ਅਤੇ ਨਾ ਹੀ ਕੋਈ ਕੋਸ਼ਿਸ਼ ਕਰਦਾ ਹੈ। ਆਪਾਂ ਵੀ ਤਾਂ ਦੇਖਦੇ ਹੀ ਆ ਨਾ, ਗਰੀਬ ਦੀ ਬਾਂਹ ਕੋਈ ਨਹੀਂ ਫੜਦਾ। ਗਰੀਬ ਦੇ ਧੀ ਪੁੱਤਰ ਦਾ ਰਿਸ਼ਤਾ ਕਰਾਉਣਾ ਹੋਵੇ ਤਾਂ ਸਭ ਪਿੱਛੇ ਨੂੰ ਭੱਜਦੇ ਆ। ਮਨ ਦੇ ਵਿੱਚ ਇਹ ਹੁੰਦਾ ਵੀ ਜੇ ਇਹਦਾ ਰਿਸ਼ਤਾ ਅਸੀਂ ਕਰਾ ਦਿੱਤਾ ਤਾਂ ਸਾਨੂੰ ਪੈਸੇ ਲਾਉਣੇ ਪੈਣਗੇ। ਇਸੇ ਹੀ ਤਰ੍ਹਾਂ ਉਸ ਸਿੱਖ ਦੇ ਮਨ ਦੇ ਵਿੱਚ ਵੀ ਬੜੇ ਹੀ ਇਸ ਤਰ੍ਹਾਂ ਦੇ ਵਿਚਾਰ ਆਉਣ ਲੱਗੇ ਕਿ ਤੇਰੇ ਧੀਆਂ ਪੁੱਤਰਾਂ ਦੇ ਨਾਲ ਰਿਸ਼ਤਾ ਕੌਣ ਜੋੜੇਗਾ? ਜੇ ਰਿਸ਼ਤਾ ਜੁੜ ਵੀ ਗਿਆ ਤਾਂ ਤੂੰ ਆਪਣੇ ਕਾਰਜ ਕਿੰਝ ਪੂਰੇ ਕਰੇਗਾ? ਕੱਲ ਨੂੰ ਤੇਰੀ ਰਿਸ਼ਤੇਦਾਰੀ ਵਧੇਗੀ, ਤੂੰ ਆਪਣੇ ਰਿਸ਼ਤੇਦਾਰਾਂ ਨੂੰ ਕਿੱਥੇ ਬਿਠਾਵੇਂਗਾ, ਕੀ ਖਵਾਵੇਂਗਾ? ਕਹਿੰਦੇ ਸੋਚਦਿਆਂ ਸੋਚਦਿਆਂ ਚਿੰਤਾ ਬੜੀ ਹੀ ਵੱਧ ਗਈ, ਪਰ ਕਹਿੰਦੇ ਨਾਲ ਦੀ ਨਾਲ ਹੀ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਮਨਾ, ਤੂੰ ਇੰਨੀ ਚਿੰਤਾ ਕਿਉਂ ਕਰ ਰਿਹਾ ਹੈ? ਕੀ ਹੋਇਆ ਜੇ ਤੇਰੇ ਘਰ ਵਿੱਚ ਗਰੀਬੀ ਆ? ਤੇਰਾ ਗੁਰੂ ਤਾਂ ਪੂਰਾ ਹੈ ਨਾ, ਰੋਜ਼ ਤੂੰ ਸਵੇਰੇ ਸ਼ਾਮ ਬਚਨ ਪੜ੍ਹਦਾ ਹੈ ਕਿ ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਫਿਰ ਚਿੰਤਾ ਕਿਸ ਗੱਲ ਦੀ, ਤੇਰਾ ਗੁਰੂ ਪੂਰਾ ਹੈ। ਜੇ ਤੂੰ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੇਗਾ ਤਾਂ ਗੁਰੂ ਸਾਹਿਬ ਜੀ ਤੇਰੇ ਉੱਤੇ ਕਿਰਪਾ ਜ਼ਰੂਰ ਕਰਨਗੇ। ਕਹਿੰਦੇ ਬਸ ਮਨ ਵਿੱਚ ਸੋਚ ਲਿਆ ਕਿ ਮੈਂ ਹੁਣ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਜਾਵਾਂਗਾ, ਤਾਂ ਜਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਾਂਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੀ ਕਮਾਈ ਦੇ ਵਿੱਚ ਬਰਕਤ ਪਾਓ, ਮੇਰੀ ਵੀ ਘਰ ਦੀ ਗਰੀਬੀ ਦੂਰ ਕਰੋ। ਕਹਿੰਦੇ ਇਹੀ ਸੋਚ ਕੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਮੈਨੂੰ ਪਤਾ ਲੱਗਾ ਹੈ ਕਿ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ
ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ, ਭਾਵ ਕਿ ਸ਼੍ਰੀ ਅੰਮ੍ਰਿਤਸਰ ਆਏ ਨੇ, ਤਾਂ ਮੈਂ ਉਹਨਾਂ ਦੇ ਦਰਸ਼ਨ ਕਰਨ ਜਾਣਾ ਹੈ। ਕਹਿੰਦੇ ਪਤਨੀ ਕਹਿਣ ਲੱਗੀ ਕਿ ਹਾਂਜੀ ਜ਼ਰੂਰ ਜਾਓ, ਤੁਸੀਂ ਦਰਸ਼ਨ ਕਰਕੇ ਆਓ, ਗੁਰੂ ਸਾਹਿਬ ਜੀ ਦੇ ਕੋਲ ਰਹਿ ਕੇ ਸੇਵਾ ਕਰਕੇ ਆਓ। ਕਹਿੰਦੇ ਉਹਨੇ ਅਗਲੇ ਹੀ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣ ਦਾ ਫੈਸਲਾ ਕਰ ਲਿਆ। ਕਹਿੰਦੇ ਅਗਲੇ ਦਿਨ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਸਾਹਿਬ ਜੀ ਵੱਲ ਤੁਰ ਪਿਆ। ਕਹਿੰਦੇ ਇਤਿਹਾਸ ਦੇ ਵਿੱਚ ਇਸ ਸਿੱਖ ਦਾ ਨਾਮ ਭਾਈ ਧਰਮਾ ਜੀ ਲਿਖਿਆ ਹੈ ਅਤੇ ਇਸ ਸਿੱਖ ਦੇ ਪੁੱਤਰ ਦਾ ਨਾਮ ਭਾਈ ਸਾਧੂ ਜੀ ਲਿਖਿਆ ਹੈ। ਕਹਿੰਦੇ ਦੋਵੇਂ ਹੀ ਪਿਓ ਪੁੱਤਰ ਮੇਰੇ ਛੇਵੇਂ ਪਾਤਸ਼ਾਹ ਦੇ ਵੱਲ ਤੁਰ ਪਏ। ਕਹਿੰਦੇ ਜਾ ਕੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਆ। ਦਰਸ਼ਨ ਕਰਕੇ ਮਨ ਬੜਾ ਖੁਸ਼ ਹੋਇਆ, ਮਨ ਦੀ ਅੱਧੀ ਚਿੰਤਾ ਤਾਂ ਉੱਥੇ ਹੀ ਮੁੱਕ ਗਈ। ਫਿਰ ਸੇਵਾ ਕੀਤੀ ਹੈ। ਕਹਿੰਦੇ ਸੇਵਾ ਕਰਦਿਆਂ ਉਨੀ ਦੇਰ ਤੱਕ ਸ਼ਾਮ ਪੈ ਗਈ। ਸ਼ਾਮ ਦੇ ਦੀਵਾਨ ਸੱਜੇ ਸਤਿਗੁਰ ਸੱਚੇ ਪਾਤਸ਼ਾਹ ਆ ਕੇ ਤਖ਼ਤ ਸਿੰਘਾਸਣ ਦੇ ਉੱਤੇ ਬੈਠੇ। ਸੰਗਤਾਂ ਵੀ ਦੀਵਾਨ ਵਿੱਚ ਆ ਕੇ ਜੁੜ ਗਈਆਂ, ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਰਹੀਆਂ ਨੇ। ਦੂਰੋਂ ਨੇੜੇ ਆਈਆਂ ਸੰਗਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਬਹੁਤ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਰੱਖ ਕੇ ਮੱਥਾ ਟੇਕ ਰਹੀਆਂ ਏ। ਕੋਈ ਪੈਸਿਆਂ ਦਾ ਮੱਥਾ ਟੇਕ ਰਿਹਾ ਏ, ਕੋਈ ਮਹਿੰਗੀਆਂ ਭੇਟਾਵਾਂ ਭੇਟ ਕਰ ਰਿਹਾ ਏ। ਕਹਿੰਦੇ ਜਦ ਇਹਨਾਂ ਪਿਓ ਪੁੱਤਰ ਨੇ ਮੱਥਾ ਟੇਕਿਆ ਤਾਂ ਇਹਨਾਂ ਨੇ ਖਾਲੀ ਹੱਥ ਮੱਥਾ ਟੇਕਿਆ, ਕਿਉਂਕਿ ਗੁਰੂ ਸਾਹਿਬ ਜੀ ਦੇ ਅੱਗੇ ਭੇਟ ਕਰਨ ਦੇ ਲਈ ਕੁਝ ਨਹੀਂ ਸੀ, ਇਹ ਤਾਂ ਖੁਦ ਗੁਰੂ ਤੋਂ ਮੰਗਣ ਆਏ ਸੀ। ਕਹਿੰਦੇ ਮਨ ਦੇ ਵਿੱਚ ਥੋੜ੍ਹੀ ਜਿਹੀ ਲੱਜਾ ਜੀ ਆਈ ਕਿ ਅਸੀਂ ਕੈਸੇ ਹਾਂ ਜੋ ਆਪਣੇ ਗੁਰੂ ਵਾਸਤੇ ਕੁਝ ਵੀ ਨਹੀਂ ਲੈ ਕੇ ਆਏ, ਬਲਕਿ ਸਗੋਂ ਗੁਰੂ ਤੋਂ ਮੰਗਣ ਆ ਗਏ। ਕਹਿੰਦੇ ਇਹ ਸੋਚ ਕੇ ਲੱਜਾ ਜੀ ਮਹਿਸੂਸ ਕਰਕੇ ਪਿੱਛੇ ਜਾ ਕੇ ਬੈਠ ਗਏ। ਕਹਿੰਦੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ 'ਤੇ ਬੈਠਿਆ ਹੀ ਭਾਈ ਧਰਮਾ ਜੀ ਵੱਲ ਆਪਣੀ ਨਜ਼ਰ ਘੁਮਾਈ ਅਤੇ ਉੱਚੀ ਆਵਾਜ਼ ਮਾਰ ਕੇ ਪੁੱਛਿਆ ਕਿ ਕਿਵੇਂ ਭਾਈ ਧਰਮਾ ਜੀ, ਨਗਰ ਦੇ ਵਿੱਚ ਸਭ ਕੁਝ ਠੀਕ ਠਾਕ ਆ? ਕਹਿੰਦੇ ਭਾਈ ਧਰਮਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਹਾਂਜੀ ਸਤਿਗੁਰ ਸੱਚੇ ਪਾਤਸ਼ਾਹ ਸਭ ਕੁਝ ਠੀਕ ਠਾਕ ਆ। ਕਹਿੰਦੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਸਿੱਖਾ ਕੁਝ ਮੰਗਣਾ ਹੈ, ਕੁਝ ਕਹਿਣਾ ਚਾਹੁੰਦਾ ਹੈ ਤਾਂ ਕਹਿ। ਕਹਿੰਦੇ ਭਾਈ ਧਰਮਾ ਜੀ ਨੇ ਹੱਥ ਜੋੜ ਕੇ ਕਿਹਾ ਨਹੀਂ ਪਾਤਸ਼ਾਹ ਕੁਝ ਨਹੀਂ ਮੰਗਣਾ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਤਖ਼ਤ ਤੋਂ ਉੱਠਣ ਲੱਗੇ ਤਾਂ ਭਾਈ ਧਰਮਾ ਜੀ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਪਾਤਸ਼ਾਹ ਤਾਂ ਹੁਣ ਉੱਠ ਕੇ ਚੱਲੇ ਆ, ਮੰਗ ਹੀ ਨਾ ਲਵਾਂ। ਪਰ ਕਹਿੰਦੇ ਨਾਲ ਹੀ ਮਨ ਦੇ ਵਿੱਚ ਵਿਚਾਰ ਆ ਗਿਆ ਕਿ ਨਹੀਂ ਮਣਾ, ਕੁਝ ਨਾ ਮੰਗੀ, ਸੰਗਤ ਤੇਰੇ 'ਤੇ ਹੱਸੇਗੀ, ਕਹਿਣਗੇ ਇਹ ਗਰੀਬ ਕੁਝ ਨਾ ਕੁਝ ਮੰਗਣ ਹੀ ਆਉਂਦੇ ਆ। ਕਹਿੰਦੇ ਇਹ ਸੋਚ ਕੇ ਚੁੱਪ ਕਰ ਗਿਆ। ਪਰ ਉੱਧਰ ਅੰਤਰਜਾਮੀ ਪਾਤਸ਼ਾਹ, ਉਹਨਾਂ ਤੋਂ ਆਪਾਂ ਕੁਝ ਵੀ ਨਹੀਂ ਲੁਕਾ ਸਕਦੇ, ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਦਿਲਾਂ ਦੀਆਂ ਜਾਣਦੇ ਨੇ, ਇੱਦਾਂ ਹੀ ਤਾਂ ਨਹੀਂ ਬਚਨ ਆਉਂਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਸਤਿਗੁਰੂ ਸੱਚੇ ਪਾਤਸ਼ਾਹ ਤੋਂ ਆਪਾਂ ਆਪਣੇ ਮਨ ਦੀਆਂ ਭਾਵਨਾ ਕਿੰਝ ਲੁਕਾ ਸਕਦੇ ਹਾਂ? ਅਤੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਅੰਦਰ ਦੀ ਅਰਦਾਸ ਬੇਨਤੀ ਸੁਣ ਕੇ ਆਪ ਖੁਦ ਹੀ ਆਪਣੇ ਸਿੱਖ ਵੱਲ ਤੁਰ ਪਏ। ਕਹਿੰਦੇ ਭਾਈ ਧਰਮਾ ਜੀ ਦੇ ਕੋਲ ਆ ਕੇ ਕਿਹਾ ਕਿ ਦੇਖ ਲਓ ਭਾਈ ਧਰਮਾ ਜੀ, ਜੇ ਕੁਝ ਮੰਗਣਾ ਹੈ ਤਾਂ ਮੰਗ ਲਓ। ਕਹਿੰਦੇ ਭਾਈ ਧਰਮਾ ਜੀ ਨੇ ਫਿਰ ਕਿਹਾ ਕਿ ਨਹੀਂ ਪਾਤਸ਼ਾਹ ਕੁਝ ਨਹੀਂ ਮੰਗਣਾ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋ ਤਿੰਨ ਵਾਰ ਕਿਹਾ ਕਿ ਤੁਸੀਂ ਝਿਜਕੋਣਾ, ਜੇ ਕੁਝ ਕਹਿਣਾ ਚਾਹੁੰਦੇ ਹਾਂ ਤਾਂ ਕਹਿ ਦਿਓ, ਜੇ ਮੰਗਣਾ ਹੈ ਤਾਂ ਮੰਗ ਲਓ। ਕਹਿੰਦੇ ਪਰ ਭਾਈ ਧਰਮਾ ਜੀ ਦੀ ਹਿੰਮਤ ਹੀ ਨਾ ਹੋਈ ਕਿ ਉਹ ਕੁਝ ਮੰਗ ਸਕਣ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਚਲੋ ਠੀਕ ਆ, ਜੇ ਤੁਸੀਂ ਸਾਡੇ ਤੋਂ ਕੁਝ ਨਹੀਂ ਮੰਗਣਾ ਤਾਂ ਕੀ ਅਸੀਂ ਤੁਹਾਡੇ ਤੋਂ ਕੁਝ ਮੰਗ ਸਕਦੇ ਹਾਂ? ਕਹਿੰਦੇ ਉਹ ਸਿੱਖ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ। ਸਿੱਖ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਮੈਂ ਗਰੀਬ ਹਾਂ, ਮੇਰੇ ਕੋਲ ਐਸਾ ਕੁਝ ਵੀ ਨਹੀਂ ਹੈ ਜੋ ਤੁਸੀਂ ਮੇਰੇ ਤੋਂ ਮੰਗੋ ਜਾਂ ਮੈਂ ਤੁਹਾਨੂੰ ਦੇ ਸਕਾਂ। ਸਤਿਗੁਰ ਸੱਚੇ ਪਾਤਸ਼ਾਹ ਮੈਂ ਬਹੁਤ ਗਰੀਬ ਹਾਂ,
ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਸਿੱਖਾ, ਜੋ ਚੀਜ਼ ਤੇਰੇ ਕੋਲ ਆ ਨਾ ਹੋਰ ਕਿਸੇ ਕੋਲ ਨਹੀਂ ਆ, ਦੱਸ ਜੇ ਕਹੀਆਂ ਤਾਂ ਮੰਗ ਲਈਏ। ਕਹਿੰਦੇ ਉਹ ਸਿੱਖ ਕਹਿਣ ਲੱਗਾ ਕਿ ਸਤਿਗੁਰ ਸੱਚੇ ਪਾਤਸ਼ਾਹ, ਜੋ ਕੁਝ ਵੀ ਮੇਰੇ ਕੋਲ ਆਣਾ ਸਭ ਤੁਹਾਡਾ ਹੀ ਦਿੱਤਾ ਹੈ, ਜੇ ਤੁਹਾਨੂੰ ਕੋਈ ਐਸੀ ਚੀਜ਼ ਮੰਗਣ ਵਾਲੀ ਲੱਗਦੀ ਆ ਤਾਂ ਤੁਸੀਂ ਹੁਕਮ ਕਰੋ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ, ਭਾਈ ਧਰਮਾ ਜੀ, ਸਾਨੂੰ ਤੁਹਾਡੇ ਪੁੱਤਰ ਸਾਧੂ ਦਾ ਰਿਸ਼ਤਾ ਆਪਣੀ ਬੇਟੀ ਵੀਰੋ ਦੇ ਲਈ ਚਾਹੀਦਾ ਹੈ, ਕੀ ਤੁਸੀਂ ਸਾਡੇ ਨਾਲ ਰਿਸ਼ਤਾ ਜੋੜੋਗੇ? ਕਹਿੰਦੇ ਇਹ ਗੱਲ ਸੁਣ ਕੇ ਭਾਈ ਧਰਮਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਪਏ, ਕਹਿਣ ਲੱਗੇ ਕਿ ਅੰਤਰਜਾਮੀ ਪਾਤਸ਼ਾਹ, ਮੈਂ ਤਾਂ ਘਰੋਂ ਇਹ ਸੋਚਦਾ ਆਇਆ ਕਿ ਮੇਰੇ ਗਰੀਬ ਦੇ ਨਾਲ ਕੌਣ ਰਿਸ਼ਤਾ ਜੋੜੇਗਾ, ਪਰ ਇੱਥੇ ਤੁਸੀਂ ਮੇਰੇ ਨਾਲ ਰਿਸ਼ਤਾ ਜੋੜਨ ਦੀ ਗੱਲ ਕਰ ਰਹੇ ਹੋ। ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਕੋਲ ਜੋ ਕੁਝ ਵੀ ਆ ਨਾ ਤੁਹਾਡਾ ਹੀ ਦਿੱਤਾ ਹੈ, ਧੀਆਂ ਪੁੱਤਰ ਵੀ ਤੁਹਾਡੇ ਦਿੱਤੇ ਨੇ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਫਿਰ ਅਸੀਂ ਤੁਹਾਡੀ ਹਾਂ ਸਮਝੀਏ। ਕਹਿੰਦੇ ਭਾਈ ਧਰਮਾ ਜੀ ਨੇ ਕਿਹਾ ਕਿ ਸਤਿਗੁਰ ਸੱਚੇ ਪਾਤਸ਼ਾਹ, ਤੁਹਾਡੇ ਨਾਲ ਰਿਸ਼ਤਾ ਜੋੜਨਾ ਸਾਡੇ ਚੰਗੇ ਕਰਮ ਸਾਡੇ ਵੱਡੇ ਭਾਗ ਨੇ, ਪਤਾ ਨਹੀਂ ਕਿਹੜਾ ਚੰਗਾ ਕਰਮ ਸਾਡਾ ਅੱਗੇ ਆਇਆ ਹੈ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਹੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਤੋਂ ਸ਼ਗਨ ਦਾ ਸਮਾਨ ਮੰਗਾ ਕੇ ਭਾਈ ਧਰਮਾ ਜੀ ਦੇ ਪੁੱਤਰ ਸਾਧੂ ਦੀ ਝੋਲੀ ਦੇ ਵਿੱਚ ਸ਼ਗਨ ਦਾ ਸਮਾਨ ਪਾ ਦਿੱਤਾ, ਸ਼ਗਨ ਲਗਾ ਦਿੱਤਾ। ਬੀਬੀ ਵੀਰੋ ਜੀ ਅਤੇ ਭਾਈ ਸਾਧੂ ਜੀ ਦਾ ਰਿਸ਼ਤਾ ਪੱਕਾ ਕਰ ਦਿੱਤਾ। ਤਾਂ ਇਹ ਸਾਖੀ ਆਪਾਂ ਆਪ ਜੀ ਦੇ ਨਾਲ ਕਿਉਂ ਸਾਂਝੀ ਕੀਤੀ? ਇਸ ਕਰਕੇ ਕਿ ਐਸਾ ਦਰ ਦੁਨੀਆਂ ਦੇ ਉੱਤੇ ਕਿਤੇ ਹੋਰ ਮਿਲ ਜਾਵੇਗਾ ਜਿੱਥੇ ਗੁਰੂ ਗਰੀਬ ਦੇ ਨਾਲ ਰਿਸ਼ਤਾ ਜੋੜ ਲਵੇ? ਗਰੀਬ ਨੂੰ ਦੇਖ ਕੇ ਹੀ ਲੋਕ ਮੂੰਹ ਫੇਰ ਲੈਂਦੇ ਨੇ, ਪਰ ਗੁਰੂ ਨਾਨਕ ਪਾਤਸ਼ਾਹ ਦਾ ਦਰ ਐਸਾ ਹੈ ਜਿੱਥੇ ਗਰੀਬ ਦੀ ਗੱਲ ਸਭ ਤੋਂ ਪਹਿਲਾਂ ਸੁਣੀ ਜਾਂਦੀ ਆ। ਜੇ ਕੋਈ ਸੱਚੇ ਮਨੋਂ ਆਪਣੇ ਗੁਰੂ ਦੇ ਅੱਗੇ ਭਿੱਜ ਕੇ ਅਰਦਾਸ ਬੇਨਤੀ ਕਰੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਪਲ ਦੀ ਦੇਰੀ ਨਹੀਂ ਲਾਉਂਦੇ, ਆਪਣੇ ਪਿਆਰੇ ਦੀ ਬਾਂਹ ਫੜ ਲੈਂਦੇ ਨੇ, ਉਹਦੀ ਅਰਦਾਸ ਬੇਨਤੀ ਸੁਣ ਲੈਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਪਲ ਦੇ ਵਿੱਚ ਨੀਵਿਆਂ ਨੂੰ ਉੱਚੇ ਕਰ ਦਿੰਦੇ ਨੇ। ਗੁਰੂ ਦਾਤਾਂ ਦੇਣ ਤੇ ਆਉਣ ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ। ਬਸ ਸਾਡਾ ਆਪਣੇ ਗੁਰੂ ਦੇ ਉੱਤੇ ਭਰੋਸਾ ਪੱਕਾ ਹੋਣਾ ਚਾਹੀਦਾ ਹੈ, ਗੁਰੂ ਦੇ ਉੱਤੇ ਵਿਸ਼ਵਾਸ ਹੋਵੇ, ਸਾਡੀ ਆਸ ਸਾਡੀ ਅਰਦਾਸ ਗੁਰੂ ਦੇ ਉੱਤੇ ਹੋਵੇ, ਤਾਂ ਗੁਰੂ ਸਾਹਿਬ ਜੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦਿੰਦੇ। ਸਾਡੀਆਂ ਚਿੰਤਾਵਾਂ ਮੁਸ਼ਕਲਾਂ ਪਰੇਸ਼ਾਨੀਆਂ ਦਾ ਹੱਲ ਸਤਿਗੁਰੂ ਸੱਚੇ ਪਾਤਸ਼ਾਹ ਝੱਟ ਹੀ ਕਰ ਦਿੰਦੇ ਨੇ। ਤਾਂ ਫਿਰ ਆਓ ਜੋ ਵੀ ਮਨ ਦੀ ਚਿੰਤਾ ਹੈ, ਪਰੇਸ਼ਾਨੀ ਆ, ਕੋਈ ਟੈਨਸ਼ਨ ਆ ਨਾ, ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ। ਰੋਜ਼ ਰੋਜ਼ ਗੁਰੂ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ ਕਿ ਸੱਚੇ ਸਾਹਿਬਾ, ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇ ਹੀ ਸੁਭਾਵੇ। ਭਰੋਸਾ ਰੱਖ ਕੇ ਜੋ ਵੀ ਮਨ ਦੀਆਂ ਅਰਦਾਸਾਂ ਬੇਨਤੀਆਂ ਨੇ ਗੁਰੂ ਅੱਗੇ ਲਾਵਾਂਗੇ ਤਾਂ ਗੁਰੂ ਸਾਹਿਬ ਜੀ ਜ਼ਰੂਰ ਪ੍ਰਵਾਨ ਕਰਦੇ ਨੇ। ਸੰਗਤ ਜੀ, ਇਤਿਹਾਸ ਦੀ ਇਹ ਸਾਖੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਜੇਕਰ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਰਹਿ ਗਈ ਹੋਵੇ, ਕਿਉਂਕਿ ਬਹੁਤ ਗਲਤੀਆਂ ਹੋ ਜਾਂਦੀਆਂ ਨੇ, ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਬਖਸ਼ਣਹਾਰ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ ਦੇਣਾ ਸਤਿਗੁਰ ਸੱਚੇ ਪਾਤਸ਼ਾਹ।